ਜੀ, ਤੁਸੀਂ ਅਕਸਰ ਜ਼ਮੀਨ ਦੀ ਬੋਲੀ ਹੁੰਦੀ ਸੁਣੀ ਹੋਏਗੀ, ਜਾਂ ਕਿਸੇ ਪਲਾਟ ਦੀ ਬੋਲੀ ਹੁੰਦੀ ਸੁਣੀ ਹੋਏਗੀ, ਜਾਂ ਕਿਸੇ ਘਰ ਦੀ ਬੋਲੀ ਹੁੰਦੀ ਸੁਣੀ ਹੋਏਗੀ। ਪਰ ਇੱਕ ਅਜੀਬੋ ਗਰੀਬ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਅਤੇ 35 ਲੱਖ ਦੇ ਵਿੱਚ ਸਰਪੰਚੀ ਦਾ ਜਿਹੜਾ ਰੇਟ ਹੈ ਉਹ ਲੱਗਿਆ ਹੈ ਅਤੇ ਬੋਲੀ ਜਿਹੜੀ ਹੈ ਉਹ ਹੋਈ ਹੈ। ਕੀ ਹੈ ਪੂਰੀ ਅਪਡੇਟ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਏ। ਜਿਹੜੇ ਦੋਸਤ ਸਾਡੇ ਯੂਟਿਊਬ ਚੈਨਲ 'ਤੇ ਨਵੇਂ ਜੁੜੇ ਨੇ, ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਅਤੇ ਬੈਲ ਆਈਕਨ ਨਾਲ 'ਤੇ ਜ਼ਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਦੋਸਤੋ, ਗੱਲ ਕਰਿਆ, ਵੱਡੀ ਖਬਰ ਆ ਰਹੀ ਹੈ, 35 ਲੱਖ ਹੋ ਗਿਆ ਸਰਪੰਚੀ ਦਾ ਰੇਟ। ਦੇਖੋ ਕਿਵੇਂ ਲੱਗੀ ਹੈ ਬੋਲੀ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਗਿੱਦੜਵਾ ਅਧੀਨ ਦੇ ਅਬਲੂ ਕੋਟਲੀ ਦੇ ਨੇੜਲੇ ਕੋਠੇ ਚੀਦਿਆਂ ਵਾਲੇ ਦੇ ਸਰਪੰਚ ਨੂੰ ਚੁਣਨ ਵਾਲੇ ਦੀ ਬੋਲੀ ਲੱਗੀ। ਬੋਲੀ ਦੀ ਰਕਮ ਗੁਰਦੁਆਰਾ ਸਾਹਿਬ ਨੂੰ ਦੇਣ ਦਾ ਜਿਹੜਾ ਉਹ ਫੈਸਲਾ ਹੋਇਆ, ਜਿਸ ਦੇ ਵਿੱਚ ਵੱਡੇ ਜ਼ਿਮੀਂਦਾਰਾਂ ਨੇ ਇੱਕ ਦੂਜੇ ਨਾਲ ਵੱਧ ਚੜ੍ਹ ਕੇ ਆਪਣੀ ਵਿੱਤੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਬੋਲੀ ਦੇ ਅੰਤਕ ਫੈਸਲਾ ਜਿਹੜਾ 35,50,000 ਦੇ ਵਿੱਚ ਨਿਬੜਿਆ। ਸੋ ਇਹ ਭਾਰਤੀ ਸੰਵਿਧਾਨ ਚੋਣ ਕਮਿਸ਼ਨ ਅਤੇ ਲੋਕਤੰਤਰ ਦੇ ਨਿਯਮਾਂ ਨੂੰ ਅੱਖੋਂ ਪਰੋਖੇ ਕਰਕੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕੋਠੇ ਚੀਦਿਆਂ ਵਾਲੇ ਨੇੜੇ ਦੇ ਕੋਟਲੀ ਅਬਲੂ ਵਿਖੇ ਹੋਈ ਸਰਪੰਚ ਦੀ ਬੋਲੀ ਲਈ ਜਿਹੜੀ ਚੋਣ ਲਈ ਬੋਲੀ ਲਗਾਈ ਗਈ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਗਿੱਦੜਵਾ ਅਧੀਨ ਆਉਂਦੇ ਅਬਲੂ ਕੋਟਲੀ ਦੇ ਨੇੜਲੇ ਕੋਠੇ ਚੀਦਿਆਂ ਵਾਲੇ ਦੇ ਸਰਪੰਚ ਨੂੰ ਚੁਣਨ ਵਾਸਤੇ ਬੋਲੀ ਲੱਗੀ ਹੈ। ਬੋਲੀ ਦੀ ਰਕਮ ਗੁਰਦੁਆਰਾ ਸਾਹਿਬ ਨੂੰ ਦੇਣ ਦਾ ਫੈਸਲਾ ਹੋਇਆ, ਜਿਸ ਦੇ ਵਿੱਚ ਵੱਡੇ ਜ਼ਿਮੀਂਦਾਰਾਂ ਨੇ ਇੱਕ ਦੂਜੇ ਨਾਲ ਵੱਧ ਚੜ੍ਹ ਕੇ ਆਪਣੀ ਵਿੱਤੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਜਦੋਂ ਬੋਲੀ ਦਾ ਅਖੀਰ ਹੋਇਆ ਤਾਂ ਫੈਸਲਾ ਜਿਹੜਾ 35,50,000 ਦੇ ਵਿੱਚ ਨਿਬੜਿਆ। ਸੋ ਇਹ ਵੱਡੀ ਖਬਰ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ। ਤੁਹਾਡੇ ਵੀ ਨੇੜੇ ਤੇੜੇ ਕਿਸੇ ਨੇ ਜੇ ਉੱਦਾਂ ਦਾ ਕੰਮ ਕੀਤਾ ਹੈ ਤਾਂ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਕਮੈਂਟ ਦੇ ਵਿੱਚ ਲਿਖ ਸਕਦੇ ਹੋ। ਸੋ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਲਈ ਜੁੜੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ।
ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ। ਦਿਓ ਇਜਾਜ਼ਤ, ਧੰਨਵਾਦ।